ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ। ਕਾਫੀ ਦਿਨਾਂ ਬਾਅਦ ਤੁਹਾਡੇ ਸਾਹਮਣੇ ਅਸੀਂ ਇੱਕ ਹੋਰ ਕਹਾਣੀ ਲੈ ਕੇ ਆਏ ਹਾਂਗੇ। ਕਹਾਣੀ ਸੁਣਾਉਣ ਦਾ ਕਾਰਨ, ਕਹਾਣੀ ਸੁਣਾਉਣ ਦਾ ਅਰਥ ਕੀ ਆ? 2018 ਦੇ ਵਿੱਚ ਗੋਂਦਵਾਲ ਸਾਹਿਬ ਇੱਕ ਗੈਂਗਵਾਰ ਹੁੰਦੀ ਆ, ਜਿਨ੍ਹਾਂ ਦੇ ਵਿੱਚ ਬੜੀ ਯੰਗ ਏਜ, ਚੜ੍ਹਦੀ ਵਰੇਸ ਦੇ ਵਿੱਚ 3 ਨੌਜਵਾਨਾਂ ਦੀ ਮੌਤ ਹੁੰਦੀ ਆ ਤੇ ਇੱਕ ਰਿਕਸ਼ਾ ਚਾਲਕ ਜੋ ਬਾਜ਼ਾਰ ਦੇ ਵਿੱਚ ਜਾਂਦਾ ਸੀ ਉਸਦੇ ਗੋਲੀ ਲੱਗਦੀ ਆ, ਜ਼ਖਮੀ ਹੁੰਦਾ ਤੇ ਉਸਦੀ ਵੀ ਮੌਤ ਹੋ ਜਾਂਦੀ ਆ। 16 ਸਾਲ ਦੀ ਉਮਰ ਦੇ ਨੌਜਵਾਨ ਦੇ ਹੱਥ ਹਥਿਆਰ ਕਿਉਂ ਆਏ? ਇੱਕ ਨੀ, ਦੋ ਨੀ, 3-3 ਕਤਲਾਂ ਦੇ ਬੱਚਿਆਂ ਦੇ ਵਿੱਚ ਉਹਦਾ ਨਾਮ ਦਰਜ ਹੋਇਆ। ਇਹ ਕਹਾਣੀ ਸੁਣਾਉਣ ਦਾ ਇੱਕ ਮਕਸਦ ਹੋਰ ਵੀ ਹੈਗਾ ਵੀ ਇਸ ਗੈਂਗਵਾਰ ਨੇ, ਆਮ ਨੌਜਵਾਨਾਂ ਦੀ ਗੈਂਗਵਾਰ ਨੇ ਕਿੰਨੇ ਘਰ ਮੁੱਦੇ ਕੀਤੇ, ਕਿੰਨੀਆਂ ਮਾਵਾਂ ਨੇ ਇਸ ਗੈਂਗਵਾਰ ਤੋਂ ਬਾਅਦ ਬੈਨ ਪਾਏ, ਕਿੰਨੀਆਂ ਮਾਵਾਂ ਇਸ ਕਰਕੇ ਜਹਾਨੋਂ ਕੂਚ ਕਰ ਗਈਆਂ, ਸਾਡੇ ਪੁੱਤ ਇਸ ਗੈਂਗਵਾਰ ਨੇ ਖਾ ਲਏ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹੀ ਮਕਸਦ ਸਾਡਾ ਕਹਾਣੀ ਸੁਣਾਉਣ ਦਾ। ਸੋ ਜਿਵੇਂ ਇਸ ਗੈਂਗਵਾਰ ਤੋਂ ਬਾਅਦ CBI ਦੀ ਵੀ ਰਿਪੋਰਟ ਵੀ ਆਈ ਸੀ, ਉਹਨਾਂ ਨੇ ਵੀ ਇਨਕੁਆਇਰੀ ਦੇ ਵਿੱਚ ਇਹੀ ਦੱਸਿਆ ਸੀਗਾ ਵੀ ਇਸ ਗੈਂਗਵਾਰ ਦੇ ਵਿੱਚ 200 ਤੋਂ ਲੈ ਕੇ 250 ਤੱਕ ਰਾਊਂਡ ਫਾਇਰ ਹੋਇਆ ਗਾ। ਸੋ ਕੁਦਰਤੀ ਉਸ ਦਿਨ ਬਾਜ਼ਾਰ ਵੀ ਬੰਦ ਸੀ, ਨਹੀਂ ਤਾਂ ਉਸ ਦਿਨ ਬਹੁਤ ਲੋਕ ਇਸ ਗੈਂਗਵਾਰ ਦਾ ਸ਼ਿਕਾਰ ਹੋਣੇ ਸੀਗੇ। ਇਸ ਕਹਾਣੀ ਦੇ ਕਈ ਭਾਗ ਬਣ ਸਕਦੇ ਆ, 2 ਵੀ 3 ਵੀ। ਇਹ ਉਸ ਨੌਜਵਾਨ ਰੂਬਲ ਮੱਲੀ ਦੀ ਕਹਾਣੀ ਆ, ਕਿਵੇਂ 3 ਕਤਲਾਂ ਤੋਂ ਬਾਅਦ ਉਸ ਦਾ ਲਿੰਕ ਇਹ ਕੈਟਾਗਰੀ ਦੇ ਗੈਂਗਸਟਰ ਜੱਗੂ ਭਗਵਾਨਪੁਰ ਨਾਲ ਹੁੰਦਾ ਤੇ ਨਾਲ ਨਾਲ ਉਹ ਆਪਦਾ ਸੰਗੀਤ ਖੇਤਰ ਕਿਵੇਂ ਜਾਰੀ ਰੱਖਦਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ, ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਤੁਹਾਨੂੰ ਉਸ ਨੌਜਵਾਨ ਦੀ ਕਹਾਣੀ ਸੁਣਾਉਂਦੇ ਹਾਂ ਜਿਸ ਨੌਜਵਾਨ ਤੇ 16 ਸਾਲ ਦੀ ਉਮਰ ਵਿੱਚ 1 ਨੀ, 2 ਨੀ, 3 ਕਤਲਾਂ ਦਾ ਕੇਸ ਦਰਜ ਹੁੰਦਾ। 2018 ਦੇ ਵਿੱਚ ਗੋਂਦਵਾਲ ਸਾਹਿਬ ਗੋਲੀ ਕਾਂਡ ਹੋਇਆ ਸੀ, ਦੋਵੇਂ ਪਾਸੇ ਤੋਂ ਸਿੱਧੀ ਫਾਇਰਿੰਗ ਹੋਈ ਸੀ। ਜਿਸ ਗੈਂਗਵਾਰ ਦੇ ਵਿੱਚ ਗੈਂਗਸਟਰ ਸਾਹਿਲ ਮੱਲੀ ਦੀ ਤੇ ਉਸਦੇ ਦੋਸਤ ਗੁਰਜੰਟ ਸਿੰਘ ਉਰਫ ਜੰਟੇ ਧੁੰਦੇ ਦੀ ਮੌਤ ਹੋ ਗਈ ਸੀ ਤੇ ਜਿਹੜਾ ਦੂਸਰਾ ਧੜਾ ਸੀ ਪ੍ਰਭ ਮੱਲੀ ਤੇ ਰੂਬਲ ਮੱਲੀ, ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋਈ ਸੀ, ਉਸਦਾ ਨਾਮ ਸੀ ਅਰਸ਼ਦੀਪ ਸਿੰਘ। ਬੜੀ ਦੁੱਖ ਦੀ ਗੱਲ ਹੈ, ਕਹਿੰਦੇ ਜਦੋਂ ਅਰਸ਼ਦੀਪ ਸਿੰਘ ਨੂੰ ਚੱਕਿਆ ਗਿਆ ਉੱਥੋਂ ਤਾਂ ਉਸਦੇ ਡੱਬ ਦੇ ਵਿੱਚੋਂ ਕਿਤਾਬ ਨਿਕਲੀ ਵੀ ਉਸ ਦਿਨ ਜਾਂ ਤਾਂ ਉਹ ਕੋਈ ਟਿਊਸ਼ਨ ਸੈਂਟਰ ਤੋਂ ਆਇਆ ਸੀਗਾ ਜਾਂ ਜਿੱਦਾਂ ਕਿ ਕੋਈ ਕੋਚਿੰਗ ਸੈਂਟਰ ਹੁੰਦਾ ਗਾ ਉੱਥੋਂ ਸਿੱਧਾ ਹੀ ਆਇਆ ਸੀਗਾ। ਇਹ ਕਹਾਣੀ ਬੜੀ ਉਲਝਣਦਾਰ ਆ ਵੀ ਗੱਲ ਟਿਕਦੀ ਟਿਕਦੀ ਕਈ ਵਾਰ ਸਮਾਂ ਹੀ ਇੱਦਾਂ ਦਾ ਆ ਜਾਂਦਾ ਗਾ, ਸਰਕਮ ਸੰਟਾਂਸ ਹੀ ਇੱਦਾਂ ਦੇ ਬਣ ਜਾਂਦੇ ਹੈਗੇ ਤੇ ਇੱਕ ਰਿਕਸ਼ਾ ਚਾਲਕ ਇਸ ਦਾ ਸ਼ਿਕਾਰ ਹੋ ਗਿਆ ਸੀ। ਇਹ 3 ਜਿਹੜੇ ਕਤਲ ਸੀਗੇ ਇਹ ਰੂਬਲ ਮੱਲੀ, ਪ੍ਰਭ ਮੱਲੀ ਤੇ ਹੋਰ ਕਈ ਨੌਜਵਾਨਾਂ ਦੇ ਪਏ ਸੀਗੇ, ਗੁਰਜੰਟ ਸਿੰਘ ਜੰਟੇ ਦਾ ਤੇ ਸਾਹਿਲ ਮੱਲੀ ਦਾ ਤੇ ਉਸ ਰਿਕਸ਼ਾ ਚਾਲਕ ਦਾ ਤੇ ਹੋਰ ਵੀ ਕਈ ਨੌਜਵਾਨ ਸੀਗੇ। ਤ੍ਰਾਸਦੀ ਦੀ ਗੱਲ ਇਹ ਆ ਵੀ ਇਸ ਘਟਨਾ ਨੇ 16 ਸਾਲ ਦੇ ਨੌਜਵਾਨ ਨੂੰ, ਜਾਣੀ ਕਿ ਰੂਬਲ ਮੱਲੀ ਦੀ ਉਸ ਗੈਂਗਵਾਰ ਵੇਲੇ ਉਮਰ 16 ਸਾਲ ਦੀ ਸੀ, ਉਸ ਗੈਂਗਵਾਰ ਦੇ ਵਿੱਚ ਰੂਬਲ ਮੱਲੀ ਵੀ ਜ਼ਖਮੀ ਹੋ ਗਿਆ ਸੀਗਾ। ਤੁਸੀਂ YouTube ਦੇ ਵਿੱਚ ਵੀਡੀਓ ਵੀ CCTV ਦੀਆਂ ਦੇਖ ਸਕਦੇ ਹੋ ਵੀ ਉਸਦੀ ਬੈਕ ਪਿੱਠ ਤੇ ਗੋਲੀ ਲੱਗੀ ਆ, ਉਹ ਤੁਰਿਆ ਜਾਂਦਾ ਗਾ। ਹੁਣ ਤੁਹਾਨੂੰ ਕਹਾਣੀ ਦੱਸਦਾ ਇਹ ਕਾਰਨ ਕਿਵੇਂ ਬਣਿਆ। ਇਹ ਸਾਰੇ ਨੌਜਵਾਨ ਰਹਿੰਦੇ ਵੀ ਪਹਿਲਾਂ ਇਕੱਠੇ ਸੀਗੇ। ਸਾਹਿਲ ਮੱਲੀ ਦਾ ਭਰਾ ਗੁਰਲਾਲ ਮੱਲੀ
ਪਿੰਡ ਦੇ ਵਿੱਚ ਗੁਰਦੁਆਰੇ ਕੋਈ ਮਸਲਾ ਸੀ, ਉਸ ਮਸਲੇ ਦੇ ਰਾਜ਼ੀਨਾਮੇ ਤੇ ਇਕੱਠੇ ਹੋਏ ਵੇ ਸੀਗੇ। ਗੁਰਲਾਲ ਮੱਲੀ ਰੂਬਲ ਮੱਲੀ ਦੇ ਪਿਤਾ ਦੇ ਗਲ ਪੈ ਜਾਂਦਾ, ਜਿਸ ਦੇ ਵਿੱਚ ਰੂਬਲ ਮੱਲੀ ਦੇ ਪਿਤਾ ਦੀ ਬਾਂਹ ਤੇ ਸੱਟ ਲੱਗਦੀ ਆ, ਬਾਂਹ ਫ੍ਰੈਕਚਰ ਹੋ ਜਾਂਦੀ ਆ। ਇਸੇ ਖਿਜ ਨੂੰ ਲੈ ਕੇ ਜਾਂ ਇਸੇ ਦੁੱਖ ਨੂੰ ਲੈ ਕੇ ਕਿਸੇ ਵੀ ਪੁੱਤ ਦਾ ਪਿਓ ਆ, ਚਾਹੇ ਉਹ ਕੋਈ ਕਿੰਨਾ ਵੀ ਧਨਾਟ ਆ, ਚਾਹੇ ਕਿੰਨਾ ਵੀ ਨੋਰਮਲ ਆ, ਜਦੋਂ ਪਿਓ ਦੀ ਇੱਜ਼ਤ ਨੂੰ ਹੱਥ ਪੈਂਦਾ ਹੈਗਾ ਤਾਂ ਪੁੱਤ ਦਾ ਖੂਨ ਖੋਲਦਾ ਹੀ ਖੋਲਦਾ ਗਾ। ਦੂਸਰੇ ਧੜੇ ਦਾ ਵੀ ਮੈਂ ਪੱਖ ਰੱਖੂੰਗਾ, ਪਹਿਲਾਂ ਮੈਂ ਰੂਬਲ ਮੱਲੀ ਦੀ ਕਹਾਣੀ ਸੁਣਾਉਣਾ ਗਾ। ਰੂਬਲ ਮੱਲੀ ਗੁਰਲਾਲ ਮੱਲੀ ਨੂੰ ਫੋਨ ਕਰਦਾ ਗਾ ਕਿ ਤੂੰ ਮੇਰੇ ਪਿਓ ਦੇ ਗਲ ਪਿਆ, ਜੇ ਕੋਈ ਤੇਰੇ ਪਿਓ ਦੇ ਗਲ ਪਵੇ ਤਾਂ। ਮੂਹਰੋਂ ਗੁਰਲਾਲ ਮੱਲੀ ਦਾ ਜਿਹੜਾ ਬਿਆਨ ਸੀ, ਰਿਪਲਾਈ ਸੀ ਵੀ ਮੇਰੇ ਪਿਓ ਦੇ ਜੇ ਕੋਈ ਗਲ ਪਾਊਗਾ ਤੇ ਮੈਂ ਸਾਰਾ ਪਿੰਡ ਫੂਕ ਦੂੰਗਾ। ਇਹਨਾਂ ਦੀ ਫਿਰ ਤਲਖੀ ਵੱਧ ਜਾਂਦੀ ਹੈ, ਇੱਕ ਦੂਜੇ ਨੂੰ ਫੋਨ ਤੇ ਇਹ ਗਲੋ ਗਲੀ ਵੀ ਹੁੰਦੇ ਆ। ਇਸ ਘਟਨਾ ਤੋਂ ਪਹਿਲਾਂ ਜਦੋਂ ਸਹਿਲ ਮੱਲੀ ਜੇਲ੍ਹ ਤੋਂ ਆਇਆ ਸੀਗਾ, ਰੂਬਲ ਮੱਲੀ ਦੇ ਮਾਂ ਪਿਓ ਨੂੰ ਵੀ ਮਿਲ ਕੇ ਗਿਆ ਸੀ ਤੇ ਕਹਿ ਕੇ ਵੀ ਗਿਆ ਸੀ ਵੀ ਹੁਣ ਮੈਂ ਆਪਦੀ ਜ਼ਿੰਦਗੀ ਸਵਾਰਨੀ ਆ, ਮੈਂ ਕੋਈ ਵੀ ਗਲਤ ਕੰਮ ਦੇ ਵਿੱਚ ਨਹੀਂ ਪੈਣਾ ਗਾ। ਕਿਉਂਕਿ ਸਹਿਲ ਮੱਲੀ ਦਾ ਰੈਕਰਡ ਤੁਸੀਂ ਦੇਖਿਆ ਹੋਣਾ ਗਾ ਵੀ ਸੁੱਖੇ ਕਾਲਮੇ ਨਾਲ ਵੀ ਉਸਦਾ ਚੰਗਾ ਖਾਸਾ ਲਿੰਕ ਸੀਗਾ, ਉਸ ਤੋਂ ਬਾਅਦ ਵਿੱਕੀ ਗਾਉਂਡਰ ਦੇ ਕਈ ਸਾਥੀਆਂ ਨਾਲ ਵੀ ਉਸਦਾ ਚੰਗਾ ਖਾਸਾ ਲਿੰਕ ਸੀਗਾ। ਚਲੋ ਇਹ ਉਸਦੀ ਕਹਾਣੀ ਦੀਆਂ ਗੱਲਾਂ ਨੇ ਵੀ ਸਾਰੇ ਇਹ ਇਕੱਠੇ ਵਧੀਆ ਰਹਿੰਦੇ ਸੀ, ਪਰ ਜਦੋਂ ਰੂਬਲ ਦੇ ਪਿਤਾ ਤੇ ਹਮਲਾ ਹੁੰਦਾ, ਰੂਬਲ ਗੁਰਲਾਲ ਮੱਲੀ ਨੂੰ ਫੋਨ ਕਰਦਾ, ਇਹਨਾਂ ਦੇ ਵਿੱਚ ਤਲਖੀ ਵੱਧਦੀ ਆ। ਤੇ ਰੂਬਲ ਮੱਲੀ ਗੁਰਲਾਲ ਮੱਲੀ ਨੂੰ ਇਹ ਗੱਲ ਕਹਿੰਦਾ ਵੀ ਮੈਂ ਪਿੰਡ ਦੇ ਵਿੱਚ ਲੜਨਾ ਨਹੀਂ ਚਾਹੁੰਦਾ, ਜੇ ਇਹੀ ਕੋਈ ਗੱਲ ਆ, ਤੁਸੀਂ ਇੱਦਾਂ ਹੀ ਕੋਈ ਭੁਲੇਖਾ ਕੱਢਣਾ ਤਾਂ ਆਪਾਂ ਗੋਂਦਵਾਲ ਸਾਹਿਬ ਗਰਾਊਂਡ ਦਾ ਟਾਈਮ ਰੱਖ ਲੈਂਦੇ ਹਾਂ। ਗੋਂਦਵਾਲ ਸਾਹਿਬ ਗਰਾਊਂਡ ਦਾ ਟਾਈਮ ਰੱਖਣ ਦੀਆਂ ਜਦੋਂ ਗੱਲਾਂ ਹੋਣ ਲੱਗ ਜਾਂਦੀਆਂ ਨੇ ਜਾਂ ਟਾਈਮ ਰੱਖਿਆ ਵੀ ਜਾਂਦਾ ਗਾ, ਉਸ ਦੇ ਵਿੱਚ ਵੱਡੇ ਗੈਂਗਸਟਰਾਂ ਦੀ ਸ਼ਮੂਲੀਅਤ ਹੋ ਜਾਂਦੀ ਆ। ਵਿੱਕੀ ਗਾਉਂਡਰ ਦੇ ਸਾਥੀ ਗੋਪੀ ਕੌੜੇ ਦਾ ਰੂਬਲ ਦੇ ਕਿਸੇ ਦੋਸਤ ਨੂੰ ਫੋਨ ਆਉਂਦਾ ਵੀ ਤੁਸੀਂ ਪਹਿਲ ਨਾ ਕਰੋ, ਇਸ ਦੇ ਵਿੱਚ ਨੁਕਸਾਨ ਵੱਧ ਹੋ। ਤਾਂ ਰੂਬਲ ਦੇ ਦੋਸਤ ਵੱਲੋਂ ਇਹ ਕਿਹਾ ਜਾਂਦਾ ਗਾ ਵੀ ਜਦੋਂ ਅਗਲਾ ਨਹੀਂ ਰੁਕਦਾ ਅਗਲੇ ਦੇ ਪਿਓ ਨੂੰ ਹੱਥ ਪਿਆ ਗਾ। ਇਕਬਾਲ ਅਫਰੀਦੀ ਉਹ ਵੀ ਸਹਿਲ ਮੱਲੀ ਵਾਲੇ ਕੇਸ ਦੇ ਵਿੱਚ ਅੰਦਰ ਆ ਤੇ ਉਹ ਇਹਨਾਂ ਦੀ ਮਦਦ ਦੇ ਵਿੱਚ ਹੁੰਦਾ ਗਾ। ਉਹ ਸਹਿਲ ਮੱਲੀ ਤੇ ਜਿਹੜਾ ਸਹਿਲ ਮੱਲੀ ਦਾ ਹੀ ਘਰਾਂ ਦੇ ਵਿੱਚੋਂ ਲੜਕਾ ਸੀ ਗੁਰਲਾਲ ਮੱਲੀ, ਉਹ ਉਹਨਾਂ ਨਾਲ ਗੱਲ ਕਰਦਾ ਵੀ ਤੁਹਾਡੀ ਗਲਤੀ ਆ, ਤੁਸੀਂ ਉਸਦੇ ਪਿਤਾ ਦੇ ਗਲ ਪਏ ਹੋ, ਤੁਸੀਂ ਉਸ ਤੋਂ ਮਾਫ਼ੀ ਮੰਗੋ। ਗੱਲ ਟਿਕਦੀ ਟਕਾਈ ਵਿਗੜ ਜਾਂਦੀ ਆ। ਉਹ ਕਹਿੰਦੇ ਵੀ ਗੁਰਲਾਲ ਮੱਲੀ ਬਿਆਨ ਦਿੰਦਾ ਵੀ ਮੈਂ ਮਾਫ਼ੀ ਮੰਗ ਲੂੰਗਾ ਰੂਬਲ ਦੇ ਪਿਤਾ ਤੋਂ, ਰੂਬਲ ਮੇਰੇ ਤੋਂ ਮਾਫ਼ੀ ਮੰਗੇ, ਉਹਨੇ ਫੋਨ ਮੈਨੂੰ ਕੀਤਾ ਵੀ ਮੇਰੇ ਨਾਲ ਫੋਨ ਤੇ ਉਹ ਬਹਿਸਿਆ ਗਾ। ਚੱਲ ਇਹ ਗੱਲ ਇੰਨੀ ਕੁ ਹੋ ਕੇ ਸਾਰੀ ਠੱਪ ਹੋ ਜਾਂਦੀ ਹੈਗੀ, ਪਰ ਕਿਤੇ ਨਾ ਕਿਤੇ ਰੜਕ ਅੰਦਰੋਂ ਰਹਿੰਦੀ ਹੋਈ ਆ। ਉਹ ਰੂਬਲ ਨੂੰ ਵੀ ਸੀ ਤੇ ਦੂਸਰੇ ਧੜੇ ਨੂੰ ਵੀ ਸੀ। ਮਹੀਨਾ ਡੇਢ ਮਹੀਨਾ ਲੰਘਦਾ, ਗੋਂਦਵਾਲ ਸਾਹਿਬ ਜਿੰਮ ਹੁੰਦੀ ਆ, ਅੰਦਰ ਰੂਬਲ ਮੱਲੀ, ਪ੍ਰਭ ਮੱਲੀ ਤੇ ਇੱਕ ਇਹਨਾਂ ਦਾ ਦੋਸਤ, ਇਹ ਜਿੰਮ ਲਾਈ ਜਾਂਦੇ ਹੁੰਦੇ ਆ। ਥੋੜੇ ਟਾਈਮ ਬਾਅਦ ਤਿੰਨ ਜਾਣੇ ਗੱਡੀ ਦੇ ਵਿੱਚ ਆਉਂਦੇ ਆ, ਸਾਹਿਲ ਮੱਲੀ, ਗੁਰਲਾਲ ਮੱਲੀ ਤੇ ਬਿੱਟੂ ਜਿੰਮ ਵਾਲਾ। ਉਹ ਗੱਡੀ ਦੇ ਵਿੱਚ ਆ ਕੇ ਜਦੋਂ ਜਿੰਮ ਦੇ ਵਿੱਚ ਐਂਟਰ ਕਰਦੇ ਆ ਤਾਂ ਪ੍ਰਭ ਨੂੰ ਬਾਹਰ ਬੁਲਾਇਆ ਜਾਂਦਾ ਹੈਗਾ, ਕਿਉਂਕਿ ਪ੍ਰਭ ਸਹਿਲ ਮੱਲੀ ਦਾ ਗੁਆਂਢੀ ਸੀ। ਬਾਹਰ ਬੁਲਾ ਕੇ ਪ੍ਰਭ ਨੂੰ ਕਿਹਾ ਜਾਂਦਾ ਹੈਗਾ ਵੀ ਤੂੰ ਰੂਬਲ ਹੁਣਾਂ ਦੀ ਸਪੋਰਟ ਨਾ ਕਰ, ਤੂੰ ਇਹ ਕੰਮ ਚੋਂ ਕੀ ਲੈਣਾ ਹੈਗਾ। ਤਾਂ ਪ੍ਰਭ ਮੱਲੀ ਉੱਥੇ ਜਵਾਬ ਦਿੰਦਾ ਹੈਗਾ ਵੀ ਮੈਂ ਉਹਨਾਂ ਦੇ ਨਾਲ ਖਾਣਾ ਪੀਣਾ, ਮੇਰੇ ਨਾਲ ਰਹਿੰਦੇ ਆ, ਮੇਰੇ ਦੋਸਤ ਨੇ ਤਾਂ ਮੇਰੇ ਉਹ ਭਰਾ ਨੇ, ਵੀ ਮੈਂ ਨਹੀਂ ਉਹਨਾਂ ਨੂੰ ਛੱਡ ਸਕਦਾ। ਤੇ ਉਸ ਟਾਈਮ ਸਹਿਲ ਮੱਲੀ ਆਪਣੇ ਡੱਬ ਦੇ ਵਿੱਚੋਂ ਪਿਸਟਲ ਕੱਢਦਾ ਗਾ ਤੇ ਪ੍ਰਭ ਮੱਲੀ ਦੇ ਮੱਥੇ ਨਾਲ ਲਾ ਲੈਂਦਾ ਗਾ। ਅੰਦਰ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ, ਜਦੋਂ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਉਹਨਾਂ ਦੇ ਵਿੱਚ ਦਿਖ ਜਾਂਦਾ ਗਾ ਤਾਂ ਪ੍ਰਭ ਦੀ ਕਿੱਟ ਦੇ ਵਿੱਚ ਵੀ ਪਿਸਟਲ ਸੀ ਉਸ ਸਮੇਂ। ਰੂਬਲ ਮੱਲੀ ਪ੍ਰਭ ਦੀ ਕਿੱਟ ਚੋਂ ਪਿਸਟਲ ਕੱਢਦਾ, ਬਾਹਰ ਜਾਂਦਿਆਂ ਜਦੋਂ ਇਹਨਾਂ ਦੀ ਬਹਿਸ ਹੋ ਜਾਂਦੀ ਆ, ਗੁਰਲਾਲ ਮੱਲੀ ਤੇ ਸਹਿਲ ਮੱਲੀ ਦੋਨੇ ਜਾਂਦੇ ਜਾਂਦੇ ਇਹਨਾਂ ਨੂੰ ਗੱਲ ਕਹਿ ਜਾਂਦੇ ਹੈਗੇ ਵੀ ਅੱਜ ਦੁਪਹਿਰੇ
ਤੁਹਾਡਾ ਕੋਈ ਨਾ ਕੋਈ ਅਸੀਂ ਹੱਲ ਕਰਦੇ ਹਾਂ। ਦੁਪਹਿਰ ਤੱਕ ਰੱਖ ਲਓ ਜਿੱਥੇ ਜੋ ਸਾਡੇ ਨਾਲ ਟਾਈਮ ਰੱਖਣਾ ਤੁਸੀਂ। ਜਿਹੜਾ ਤੀਸਰਾ ਬੰਦਾ ਹੁੰਦਾ ਬਿੱਟੂ ਜਿਮ ਵਾਲਾ, ਉਹਨੂੰ ਕਿਤੇ ਨਾ ਕਿਤੇ ਗੱਲ ਪਤਾ ਲੱਗ ਜਾਂਦੀ ਆ ਵੀ ਹੁਣ ਕੰਮ ਵਧੂਗਾ। ਉਹ ਉਹਨਾਂ ਦੇ ਨਾਲ ਗੱਡੀ 'ਚ ਵਾਪਸ ਨਹੀਂ ਜਾਂਦਾ, ਉੱਥੇ ਹੀ ਖੜ ਜਾਂਦਾ ਗਾ। ਉਧਰੋਂ ਹੁਣ ਦੋਨੇ ਧੜੇ ਤਿਆਰੀਆਂ ਕਰਨ ਲੱਗ ਜਾਂਦੇ ਹੈਗੇ। ਜਿਹੜੇ ਦੂਸਰੇ ਸੀਗੇ ਸਹਿਲ ਮੱਲੀ ਤੇ ਗੁਰਲਾਲ ਮੱਲੀ, ਉਹ ਵੀ ਆਪਦੇ ਦੋਸਤ ਮਿੱਤਰ ਜਿੰਨੇ ਸੀ ਇਕੱਠੇ ਕਰ ਲੈਂਦੇ ਆ। ਪ੍ਰਭ ਤੇ ਰੂਬਲ ਤੇ ਤਰਨ, ਇਹ ਤਿੰਨੇ ਜਾਂਦੇ ਇਕਬਾਲ ਅਫਰੀਦੀ ਕੋਲ, ਇਹ ਵੀ ਆਪਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਹੈਗੇ। ਹੁਣ ਜਿਨ੍ਹਾਂ ਤੋਂ ਅਸੀਂ ਇਹ ਕਵਰੇਜ ਕੀਤੀ ਹੈਗੀ ਕਹਾਣੀ, ਅਸੀਂ ਕਈ ਬੰਦਿਆਂ ਦਾ ਪੱਖ ਲਿਆ, ਉਹਨਾਂ ਨੇ ਗੱਲ ਦੱਸੀ ਆ। ਕਹਿੰਦੇ ਇਕਬਾਲ ਅਫਰੀਦੀ ਇਹਨਾਂ ਨੌਜਵਾਨਾਂ ਨੂੰ ਰੋਕਦਾ ਸੀ ਕਿਉਂਕਿ ਉਹਨੇ ਗੈਂਗਵਾਰ ਦੇ ਨਤੀਜੇ ਦੇਖੇ ਵੀ ਸੀਗੇ ਵੀ ਤੁਸੀਂ ਤੱਤੇ ਨਾ ਚੱਲੋ, ਤੁਸੀਂ ਜਾਂ ਤਾਂ ਨੁਕਸਾਨ ਅਗਲੇ ਦਾ ਕਰ ਦੋਗੇ ਜਾਂ ਕਰਵਾ ਲਓਗੇ। ਇਕਬਾਲ ਅਫਰੀਦੀ ਕਹਿੰਦੇ ਫਿਰ ਸਹਿਲ ਮੱਲੀ ਨੂੰ ਫੋਨ ਵੀ ਕਰਦਾ ਗਾ ਵੀ ਤੂੰ ਨਾ ਬੈਠ ਕੇ ਗੱਲ ਕਰ ਲਓ, ਜਿਹੜੀ ਵੀ ਤੁਹਾਡੀ ਹੈਗੀ ਆ ਤੁਸੀਂ ਨਿਬੇੜ ਦਿਓ। ਹੁਣ ਇਹ ਵੀ ਗੱਲ ਸਾਹਮਣੇ ਆਈ ਆ ਵੀ ਸਹਿਲ ਮੱਲੀ ਵੱਲੋਂ ਇਕਬਾਲ ਅਫਰੀਦੀ ਨੂੰ ਵੀ ਪੰਗਾ ਰਿਹਾ ਜਾਂਦਾ ਗਾ ਵੀ ਤੂੰ ਵੀ ਇਹਨਾਂ ਨਾਲ ਆਉਣਾ, ਜਿਵੇਂ ਅਕਸਰ ਆਪਾਂ ਕਹਿ ਦਿੰਦੇ ਹਾਂ ਕਈ ਵਾਰ ਤੱਤੇ ਚਲੇ ਜਾਂਦੇ ਹੈਗੇ ਮੁੰਡੇ, ਵੀ ਤੂੰ ਵੀ ਇਹਨਾਂ ਨਾਲ ਆਉਣਾ, ਆ ਜਾ ਦੇਖ ਲਾਂਗੇ। ਇਕਬਾਲ ਅਫਰੀਦੀ ਨੂੰ ਉੱਥੋਂ ਰੂਬਲ ਹੋਣੀ, ਪ੍ਰਭ ਹੋਣੀ ਝੂਠ ਬੋਲ ਕੇ ਨਿਕਲਦੇ ਆ ਵੀ ਅਸੀਂ ਕਿਤੇ ਕੰਮ ਜਾ ਕੇ ਆਉਣਾ ਗਾ, ਗੱਡੀ ਦੀ ਚਾਬੀ ਸਾਨੂੰ ਦੇ, ਉਸ ਦੀ ਹੋਈ ਥਾਰ ਲੈ ਕੇ, ਕਿਉਂਕਿ ਉਹ ਇਹਨਾਂ ਨੂੰ ਰੋਕਦਾ ਹੁੰਦਾ ਗਾ। ਹੁਣ ਇਹਨਾਂ ਨੂੰ ਆਏ ਹੁੰਦਾ ਗਾ ਵੀ ਜਦੋਂ ਬੰਦੇ ਇੱਥੋਂ ਤੱਕ ਹੀ ਆ ਕੇ ਪਸਤਾਉਣ ਲਾ ਗਏ, ਵੰਗਾਰ ਗਏ ਦੁਬਾਰੇ, ਕੱਲ ਨੂੰ ਤਾਂ ਸਾਡਾ ਨਿਕਲਣਾ ਮੁਸ਼ਕਲ ਆ। ਸੋ ਇਹ ਆਪਦੇ ਦੋਸਤ ਮਿੱਤਰ ਇਕੱਠੇ ਕਰਨ ਲੱਗ ਜਾਂਦੇ ਆ, ਤੇ ਦੂਸਰਾ ਧੜਾ ਵੀ ਜਿਹੜਾ ਸਹਿਲ ਮੱਲੀ ਦਾ ਹੁੰਦਾ, ਉਹ ਵੀ ਆਪਦੇ ਦੋਸਤ ਮਿੱਤਰ ਇਕੱਠੇ ਕਰ ਲੈਂਦਾ ਗਾ। ਹੁਣ ਸਹਿਲ ਮੱਲੀ ਸੀ ਜਿਹੜਾ, ਉਹ ਗੋਂਦਵਾਲ ਸਾਹਿਬ ਦੇ ਵਿੱਚ ਮੁੰਡਾ ਨਿਸ਼ਾਨ ਢੋਟੀ ਆ, ਉਸ ਦੇ ਮਕਾਨ ਦੇ ਵਿੱਚ ਬੈਠਾ ਸੀਗਾ ਬਹੁਤ ਵੱਡਾ ਅਸਲਾ ਲੈ ਕੇ। ਉਸ ਕੋਲ 315 ਬੋਰ 30 ਦੇ ਵੈਪਨ, ਜਿਹੜੇ ਵੈਪਨ ਅੱਜ ਆਮ ਨੌਜਵਾਨ ਫੜੇ ਜਾਂਦੇ ਆ, ਅਰੈਸਟ ਹੁੰਦੇ, ਆਪਾਂ ਦੇਖਦੇ ਹਾਂ ਖਬਰਾਂ ਦੇ ਵਿੱਚ, ਜਿਨ੍ਹਾਂ ਟਾਈਮਾਂ ਦੇ ਵਿੱਚ ਸੈਕਸਰਾਂ ਦਾ ਦੌਰ ਸੀ ਉਹਨਾਂ ਟਾਈਮਾਂ ਦੇ ਵਿੱਚ ਸਹਿਲ ਮੱਲੀ ਕੋਲ ਜਗਾਨੇ ਬਹੁਤ ਇੰਪੋਰਟਡ ਵੈਪਨ ਸੀਗੇ। ਇਹ ਨਹੀਂ ਪਤਾ ਵੀ ਉਹਦਾ ਕਿੰਨਾ ਕੁ ਇਸ ਖੇਤਰ ਦੇ ਵਿੱਚ ਲਿੰਕ ਮਜ਼ਬੂਤ ਸੀ, ਕਿਉਂਕਿ ਮੈਂ ਲਾਸਟ ਫੋਟੋ ਵੀ ਇਸ ਗੈਂਗਵਾਰ ਦੀ ਪਾਊਂਗਾ ਸਹਿਲ ਮੱਲੀ ਦੀ। ਇੱਕ ਤੁਸੀਂ ਫੋਟੋ ਮੈਂ ਦੇਖ ਸਕਦੇ ਹੋ, ਥੰਬਨੇਲ ਤੇ ਵੀ ਲਾਈ ਆ, ਉਹ ਸਪਰਿੰਗ ਫੀਲਡ ਉਹਦੇ ਹੱਥ 'ਚ ਫੜੀ ਆ ਤੇ ਨਾਲ ਉਹਦੇ ਗਰਜੰਟ ਜੰਟਾ ਧੁੰਦਾ ਬੈਠਾ ਗਾ ਤੇ ਉਹਦੇ ਮੇਜ਼ ਦੇ ਅੱਗੇ ਕਈ ਰਫਲਾਂ ਰੱਖੀਆਂ ਪਈਆਂ ਨੇਗੀਆਂ ਸਾਰੀਆਂ, ਜਿਸਦੇ ਵਿੱਚ 315 ਬੋਰ ਪੰਪ ਐਕਸ਼ਨ, ਯਾਨੀ ਕਿ ਬਹੁਤ ਮਹਿੰਗਾ ਅਸਲਾ ਸੀ ਉਸ ਕੋਲ। ਤੇ ਜਿਹੜੇ ਉਹ ਰੂਬਲ ਹੋਣੀ ਸੀ, ਪ੍ਰਭ ਹੋਣੀ ਸੀਗੀ, ਅਸਲਾ ਇਹਨਾਂ ਕੋਲ ਵੀ ਸੀ, ਜਿਵੇਂ 32 ਬੋਰ ਦਾ ਵੈਪਨ ਹੋ ਗਿਆ, ਇੱਕ ਦੋ ਪਿਸਟਲ, 315 ਬੋਰ, ਮਤਲਬ ਇਹਨਾਂ ਕੋਲ ਨੋਰਮਲ ਸੀ, ਉਹਨਾਂ ਦੇ ਮੁਕਾਬਲੇ ਇਹਨਾਂ ਕੋਲ ਨੋਰਮਲ ਸੀ। ਇਹ ਪਿੰਡ ਹੰਸਾਵਾਲ ਬੈਠੇ ਹੁੰਦੇ ਹੈਗੇ ਇਹ ਆਪਣੇ ਸੱਜਣਾਂ ਸਮੇਤ। ਦੁਪਹਿਰ ਤੱਕ ਦੋਵੇਂ ਧੜਿਆਂ ਦੇ ਕਿਸੇ ਨੂੰ ਵੀ ਫੋਨ ਨਹੀਂ ਗਏ ਸੀ, ਨਾ ਹੀ ਸਹਿਲ ਹੋਣਾ ਦਾ ਰੂਬਲ ਹੋਣਾ ਨੂੰ ਆਇਆ ਸੀ, ਨਾ ਹੀ ਰੂਬਲ ਹੋਣਾ ਦਾ ਸਹਿਲ ਹੋਣਾ ਨੂੰ ਫੋਨ ਗਿਆ ਸੀ। ਪਰ ਇੱਕ ਗਲਤੀ ਹੋਈ ਜਾਣੇ ਅਣਜਾਣੇ ਚ, ਤੇ ਰਹਿੰਦੀ ਖੂੰਹਦੀ ਤੁਹਾਨੂੰ ਪਤਾ ਗਾ ਵੀ ਹਰ ਜੋ ਕੋਈ ਵੱਡੀ ਘਟਨਾ ਜਾਂ ਛੋਟੀ ਘਟਨਾ ਹੁੰਦੀ ਆ ਤਾਂ ਉਹਨਾਂ ਦੇ ਪਿੱਛੇ ਉਂਗਲਵਾਜ਼ ਸ਼ਰਾਰਤੀ ਅਸਰਾਂ ਦੇ ਵੀ ਹੱਥ ਹੁੰਦੇ ਹੀ ਹੁੰਦੇ ਆ। ਗੋਂਦਵਾਲ ਸਾਹਿਬ ਨੂੰ ਹੰਸਾਵਾਲ ਪਿੰਡ ਤੋਂ ਦੂਰ ਆ ਜਾਂਦੇ ਆ, ਇਹ ਆਪਣੀਆਂ 4-5 ਗੱਡੀਆਂ ਕੱਢਦੇ ਆ ਰੂਬਲ, ਪ੍ਰਭ ਤੇ ਆਪਦੇ ਦੋਸਤਾਂ ਸਮੇਤ। ਇਹ ਸਹਿਲ ਮੱਲੀ ਦੇ ਘਰ ਅੱਗੋਂ ਦੀ ਲੰਘ ਜਾਂਦੇ ਆ ਤੇ ਸਹਿਲ ਮੱਲੀ ਦੇ ਆਂਢ ਗੁਆਂਢ ਦੇ ਵਿੱਚੋਂ ਹੀ ਕੋਈ ਬੰਦਾ ਫੋਨ ਕਰਦਾ ਸਹਿਲ ਮੱਲੀ ਨੂੰ ਵੀ ਰੂਬਲ ਤੇ ਪ੍ਰਭ 4-5 ਗੱਡੀਆਂ ਲੈ ਕੇ ਲੰਘੇ ਆ, ਸਾਨੂੰ ਅੰਦਾਜ਼ਾ ਗਾ ਵੀ ਇਹ ਤੁਹਾਡੇ ਗੱਲ ਇੱਥੇ ਹੀ ਪੈਣ ਆਉਂਦੇ ਆ, ਇਹਨਾਂ ਨੂੰ ਪਤਾ ਲੱਗ ਗਿਆ ਜਿੱਥੇ ਤੁਸੀਂ ਬੈਠੇ ਹੋ। ਇਹ ਗੋਂਦਵਾਲ ਸਾਹਿਬ ਨੂੰ ਜਾਂਦੇ ਹੁੰਦੇ ਆ, ਉਹ ਵੀ ਧੜਾ ਉੱਠ ਕੇ ਬਾਜ਼ਾਰ 'ਚ ਆ ਜਾਂਦਾ ਤੇ ਫਿਰ ਦੋਵੇਂ ਗੋਂਦਵਾਲ ਸਾਹਿਬ ਆਮੋ ਸਾਹਮਣੇ ਟੱਕਰ ਜਾਂਦੇ ਆ। ਜਦੋਂ ਇਹਨਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਆ ਤਾਂ ਤੁਹਾਨੂੰ ਮੈਂ ਦੱਸਿਆ ਹੀ ਆ, ਟੱਕਰ ਦੇ ਵਿੱਚ ਜਿਹੜਾ ਸਹਿਲ ਮੱਲੀ ਵਾਲਾ ਧੜਾ ਹੁੰਦਾ ਗਾ ਉਸ ਦੇ ਵਿੱਚੋਂ ਸਹਿਲ ਮੱਲੀ ਦੀ ਤੇ ਗਰਜੰਟ ਜੰਟੇ ਧੁੰਦੇ ਦੀ
ਮੌਤ ਹੋ ਜਾਂਦੀ ਆ ਤੇ ਜਿਹੜਾ ਰੂਬਲ ਮੱਲੀ ਤੇ ਪ੍ਰਭ ਮੱਲੀ ਦਾ ਧੜਾ ਹੁੰਦਾ ਇਸ ਧੜੇ ਦੇ ਵਿੱਚੋਂ ਅਰਸ਼ ਮੁੰਡਾ ਹੁੰਦਾ ਗਾ ਬੜਾ ਹੀ ਛੋਟੀ ਜਿਹੀ ਉਮਰ ਦਾ ਨੌਜਵਾਨ ਉਸ ਦੀ ਮੌਤ ਹੋ ਜਾਂਦੀ ਆ ਰੂਬਲ ਦੇ ਖੁਦ ਗੋਲੀ ਲੱਗਦੀ ਆ ਤੇ ਇੱਕ ਜਿਹੜਾ ਰਿਕਸ਼ਾ ਚਾਲਕ ਹੁੰਦਾ ਗਾ ਉਸ ਦੀ ਵੀ ਇਸ ਗੈਂਗਵਾਰ ਦੇ ਵਿਚਕਾਰ ਆਉਣ ਨਾਲ ਮੌਤ ਹੋ ਜਾਂਦੀ ਆ ਉਹ ਕੇਸ ਵੀ ਰੂਬਲ ਮੱਲੀ ਪ੍ਰਭ ਮੱਲੀ ਤੇ ਇਸ ਦੇ ਦੋਸਤਾਂ ਤੇ ਪੈ ਜਾਂਦਾ ਯਾਨੀ ਕਿ ਰੂਬਲ ਹੁਣਾਂ ਦੇ ਧੜੇ ਤੇ ਤਿੰਨ ਕੇਸ ਪੈਂਦੇ ਆ ਕਤਲ ਦੇ ਤੇ ਦੂਸਰਾ ਧੜਾ ਹੁੰਦਾ ਸਹਿਲ ਦਾ ਗੁਰਲਾਲ ਮੱਲੀ ਦਾ ਉਸਦੇ ਦੋਸਤਾਂ ਦਾ ਉਹਨਾਂ ਤੇ ਇੱਕ ਅਰਸ਼ ਵਾਲਾ ਕੇਸ ਪੈਂਦਾ ਇਹ ਹੁਣ ਜਿਹੜਾ ਉੱਥੇ ਫਿਰ ਦੋਵੇਂ ਧੜੇ ਸਾਹਮਣੇ ਹੁੰਦੇ ਆ ਕਿ ਮੈਂ ਅਗਲੇ ਪਾਰਟ ਦੇ ਵਿੱਚ ਦੱਸੂਗਾ ਵੀ ਉੱਥੇ ਪੂਰਾ ਘਟਨਾਕ੍ਰਮ ਕੀ ਹੋਇਆ ਸੀਗਾ ਜਿਵੇਂ ਮੈਂ ਪਹਿਲਾਂ ਗੱਲ ਬੋਲਤੀ ਵੀ CBI ਦੀ ਰਿਪੋਰਟ ਕਹਿੰਦੀ ਆ ਇਹ ਵੀ 200 ਦੇ ਲਾਗੇ ਛਾਗੇ ਜਾਂ 200 ਤੋਂ ਵੱਧ ਉੱਥੇ ਰਾਊਂਡ ਫਾਇਰ ਹੋਇਆ ਇਸ ਘਟਨਾ ਨੇ ਇਸ ਗੈਂਗਵਾਰ ਨੇ ਬਹੁਤ ਘਰ ਪੱਟਤੇ ਗੁਰਜੰਟ ਜੰਟਾ ਵੀ ਇਕੱਲਾ ਹੀ ਸੀ ਘਰਦਿਆਂ ਦੇ ਤੇ ਕਈਆਂ ਦੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮਾਮਾ ਰੂਬਲ ਜਿਨ੍ਹਾਂ ਦੇ ਵਿੱਚੋਂ ਇੱਕ ਆ ਰੂਬਲ ਦੀ ਮਾਤਾ ਇਸ ਘਟਨਾ ਕਾਰਨ ਜਹਾਨੋਂ ਕੂਚ ਕਰ ਗਈ ਵੀ ਮੇਰਾ ਪੁੱਤ ਕਿੱਥੋਂ ਕਿਹੜੀ ਲਾਈਨ ਤੇ ਆ ਗਿਆ ਕਿਉਂਕਿ ਇਸ ਘਟਨਾ ਤੋਂ ਬਾਅਦ ਰੂਬਲ ਜੇਲ੍ਹ ਜਾਂਦਾ ਜੇਲ੍ਹ ਜਾ ਕੇ ਬਾਹਰ ਆ ਜਾਂਦਾ ਗਾ ਉਹਨੂੰ ਇੱਕ ਇਹ ਵੀ ਹੋ ਜਾਂਦਾ ਗਾ ਮੈਂ ਅਗਲੇ ਪਾਰਟ ਦੇ ਵਿੱਚ ਦੱਸੂਗਾ ਵੀ ਤਿੰਨ ਕਤਲਾਂ ਦੇ ਵਿੱਚੋਂ ਮੇਰੀ ਇੰਨੀ ਛੇਤੀ ਜ਼ਮਾਨਤ ਹੋ ਗਈ ਫਿਰ ਅੱਗੇ ਦੀ ਅੱਗੇ ਜਿਵੇਂ ਗੈਂਗਸਟਰਾਂ ਦੇ ਧੜੇ ਬਣੇ ਹੁੰਦੇ ਆ ਗਰੁੱਪਾਂ ਦੇ ਧੜੇ ਬਣੇ ਹੁੰਦੇ ਆ ਫਿਰ ਇੱਕ ਦੂਜੇ ਨਾਲ ਸੰਪਰਕ ਚ ਹੁੰਦੇ ਆ ਵੱਧਦੇ ਵੱਧਦੇ ਇਹ ਕੈਟਾਗਰੀ ਤੱਕ ਚਲੇ ਜਾਂਦੇ ਆ ਫਿਰ ਜਾਇਜ਼ ਨਜਾਇਜ਼ ਕੇਸ ਪੈਂਦੇ ਆ ਇਹ ਸਾਰਾ ਕੁਛ ਮੈਂ ਅਗਲੇ ਭਾਗ ਦੇ ਵਿੱਚ ਦੱਸੂ ਜਿਹੜੇ 16-17 ਸਾਲ ਦੇ ਮੁੰਡੇ ਸੀ ਜਿਨ੍ਹਾਂ ਦੇ ਭਵਿੱਖ ਜਿਨ੍ਹਾਂ ਨੇ ਸੋਚੇ ਸੀ ਵੀ ਸਾਡੇ ਬ੍ਰਾਈਟ ਫਿਊਚਰ ਹੋਣੇ ਆ ਜਾਂ ਅਸੀਂ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਵਧੀਆ ਨਾਮ ਨਾ ਖੱਟਣਾ ਜਿਵੇਂ ਰੂਬਲ ਮੱਲੀ ਦੇ ਕਈ ਗਾਣੇ ਵੀ ਆ ਚੁੱਕੇ ਆ ਵੀ ਉਹਨਾਂ ਦੇ ਭਵਿੱਖ ਜਿਹੜੇ ਆ ਗਏ ਉਹ ਕਿੱਧਰੋਂ ਜਾਂਦੇ ਜਾਂਦੇ ਕਿਹੜੇ ਰਾਹਾਂ ਤੱਕ ਚਲੇ ਗਏ ਸੋ ਇਹੀ ਕਹਾਣੀ ਸੁਣਾਉਣ ਦਾ ਮੇਰਾ ਮਕਸਦ ਹੁੰਦਾ ਗਾ ਇਸ ਚਕਾ ਚੌਂਦ ਨੇ ਇਸ ਗੈਂਗਵਾਰ ਦੀ ਚਕਾ ਚੌਂਦ ਨੇ ਜਾਂ ਗੈਂਗਸਟਰਾਂ ਨਾਲ ਲਿੰਕ ਰੱਖਣ ਦੇ ਕੀ ਨਤੀਜੇ ਘਰਦਿਆਂ ਨੂੰ ਭੁਗਤਣੇ ਪੈਂਦੇ ਆ ਉਹ ਤੁਹਾਨੂੰ ਅਗਲੇ ਭਾਗ ਦੇ ਵਿੱਚ ਮੈਂ ਦੱਸੂਗਾ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ ਥੋੜੇ ਦਿਨਾਂ ਦੇ ਵਿੱਚ ਇਸ ਲੜੀ ਦਾ ਦੂਜਾ ਭਾਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਸ ਕਹਾਣੀ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਜਿੰਨਾ ਟਾਈਮ ਗੈਂਗਵਾਰ ਚੱਲੀ ਦੋਨਾਂ ਦੀ ਆਮੋ ਸਾਹਮਣੇ ਉਸ ਚੱਲਦੀ ਗੈਂਗਵਾਰ ਦੇ ਵਿੱਚ ਕੀ ਵਾਪਰਿਆ ਕਿਵੇਂ ਕਿਵੇਂ ਵਾਪਰਿਆ ਕਿਵੇਂ ਫਿਰ ਵੀਡੀਓ ਵਾਇਰਲ ਹੋਈਆਂ